ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਵੈਲਕਮ ਕਰਨੇ ਆ ਤੁਹਾਨੂੰ ਬਾਜਵਾ ਵਲੌਗ ਤੇ। ਅੱਛਾ ਕਰਮਜੀਤ ਅਨਮੋਲ ਦੇ ਅਸੀਂ ਫਨੀ ਵੀਡੀਓ ਬਹੁਤ ਸਾਰੀਆਂ ਵੇਖੀਆਂ ਹੋਈਆਂ ਨੇ, ਬੜੀਆਂ ਮੂਵੀਆਂ ਉਹਨਾਂ ਦੀਆਂ ਵੇਖੀਆਂ ਨੇ, ਲੇਕਿਨ ਸਾਨੂੰ ਹੁਣ ਕਿਤੇ ਆ ਕੇ ਪਤਾ ਚੱਲਿਆ ਕਿ ਉਹ ਇੱਕ ਸਿੰਗਰ ਵੀ ਨੇ ਤੇ ਬੜੇ ਅੱਛੇ ਗਾਣੇ ਗਾਉਂਦੇ ਨੇ। ਤੇ ਇੱਕ ਫਰਮਾਇਸ਼ ਆਈ ਸੀ ਦੋ ਬੰਦਿਆਂ ਦੀ, ਕੀ ਨਾਂ ਸੀ ਉਹਨਾਂ ਦਾ? ਬੰਟੀ ਸਿੰਘ ਤੇ ਪ੍ਰੀਤ ਬਰਾੜ। ਹਾਂਜੀ, ਤੇ ਉਹਨਾਂ ਦੇ ਕਹਿਣ ਤੇ ਅਸੀਂ ਕਰਮਜੀਤ ਅਨਮੋਲ ਦਾ ਇੱਕ ਗਾਣਾ ਸੁਣਨ ਲੱਗੇ ਆ, ਯਾਰਾ ਵੇ ਯਾਰ। ਹਾਂਜੀ, ਜਿਹੜਾ ਵੀ ਗਾਣਾ ਹੈ ਉਹ ਆਪਾਂ ਸੁਣਾਂਗੇ ਹੁਣ ਮਿਲ ਕੇ। ਤੇ ਚਲੋ ਗਾਣਾ ਸੁਣੀਏ। Yeah.
ਹਾਂਜੀ ਤੇ ਗਾਣਾ ਸੁਣਿਆ ਜੀ ਅਸੀਂ ਕਰਮਜੀਤ ਅਨਮੋਲ ਦਾ ਇਸ ਤਰ੍ਹਾਂ ਦਾ ਇੱਕ ਹੋਰ ਗਾਣਾ ਵੀ ਅਸੀਂ ਸੁਣਿਆ ਸੀ ਪਾਕਿਸਤਾਨੀ ਸਿੰਗਰ ਦਾ ਜਿਹੜੇ ਕਿ ਦਰਬਾਰਾਂ ਤੇ ਗਾਉਂਦੇ ਹੋ ਦੱਸਣ ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ ਆ ਰਿਹਾ ਬਾਬਾ ਬੁੱਲੇ ਸ਼ਾਹ ਦੇ ਮਜ਼ਾਰ ਤੇ ਕਸੂਰ ਤੋਂ ਉਹਨਾਂ ਦਾ ਤਾਲੁਕ ਸੀ ਤੇ ਉਹਨਾਂ ਦੀ ਡੈਥ ਹੋ ਗਈ ਹੈ ਮੇਰੇ ਖਿਆਲ ਕੁਛ ਅਰਸਾ ਪਹਿਲੇ ਤੇ ਅਟੂਨ ਇਹੀ ਸੀ ਮੇਰਾ ਖਿਆਲ ਅਟੂਨ ਇਹੀ ਸੀ ਹੁਣ ਮੈਨੂੰ ਯਾਦ ਨਹੀਂ ਆ ਰਿਹਾ ਲੇਕਿਨ ਅੱਲਾਹੁ ਗਾਣਾ ਸੀ ਉਹ ਇਸ ਟਾਈਪ ਦਾ ਨਾ ਤੇ ਉਹ ਦਰਬਾਰ ਦੇ ਉੱਤੇ ਗਾਉਂਦੇ ਹੁੰਦੇ ਸਨ ਬੜੇ ਮਸ਼ਹੂਰ ਸਿੰਗਰ ਸਨ ਤੇ ਬਹਰਾਲ ਕਰਮਜੀਤ ਅਨਮੋਲ ਨੇ ਅੱਛਾ ਗਾਣਾ ਗਾਇਆ ਵੇ ਬਹੁਤ ਅੱਛੀ ਆਵਾਜ਼ ਹੈ ਨਾ ਹਾਂਜੀ ਅੱਛੀ ਆਵਾਜ਼ ਹੈ ਅਸੀਂ ਤੇ ਇਹਨਾਂ ਨੂੰ ਕਾਮੇਡੀ ਕਰਦੇ ਹੋਏ ਵੇਖਿਆ ਕਦੀ ਗਾਣਾ ਗਾਉਂਦੇ ਹੋਏ ਬਿਲਕੁਲ ਨਹੀਂ ਵੇਖਿਆ ਤੇ ਅਸੀਂ ਉਹਨਾਂ ਦਾ ਪਹਿਲਾ ਗਾਣਾ ਸੁਣ ਰਹੇ ਹਾਂ ਤੁਹਾਡੀ ਫਰਮਾਇਸ਼ ਤੇ ਜਦੋਂ ਮੈਨੂੰ ਪਤਾ ਚੱਲਿਆ ਨਾ ਕਿ ਕਰਮਜੀਤ ਅਨਮੋਲ ਸਿੰਗਰ ਵੀ ਨੇ ਮੈਂ ਇੰਨੀ ਹੈਰਾਨ ਹੋਈ ਇਸ ਚਿਹਰਾ ਕਿਹੜੀ ਕਿਹੜੀ ਗੱਲ ਨਹੀਂ ਯਾਰ ਮੈਨੂੰ ਮਤਲਬ ਨਹੀਂ ਲੱਗਦਾ ਸੀ ਕਿ ਉਹ ਸਿੰਗਰ ਹੋਣਗੇ ਅੱਛਾ ਉਹਨਾਂ ਦੇ ਆਪਾਂ ਸਾਨੂੰ ਨਹੀਂ ਸੀ ਨਾ ਪਤਾ ਲੇਕਿਨ ਉਹ ਸਿੰਗਰ ਵੀ ਹੈ ਨੇ ਇਹ ਹੁਣ ਸਾਨੂੰ ਪਤਾ ਚੱਲ ਚੁੱਕਿਆ ਅੱਛਾ ਆਪਾਂ ਇਹਨਾਂ ਦੇ ਹੋਰ ਗਾਣੇ ਵੀ ਸੁਣਾਂਗੇ ਚਲੋ ਹੋਰ ਗਾਣੇ ਵੀ ਸੁਣਾਂਗੇ ਤੇ ਜਿਨ੍ਹਾਂ ਦੀ ਫਰਮਾਇਸ਼ ਸੀ ਉਹ ਹੋ ਗਈ ਪੂਰੀ ਤੇ ਉਹਨਾਂ ਦੀ ਵੀਡੀਓ ਤੇ ਅਸੀਂ ਰਿਐਕਟ ਕਰ ਦਿੱਤਾ ਹੈ ਤੇ ਵਧੀਆ ਗਾਣਾ ਸੀ ਔਰ ਵਧੀਆ ਤੁਸੀਂ ਹੋਰ ਵੀ ਕੋਈ ਵੀਡੀਓ ਦੇਖਣੀਆਂ ਨੇ ਤੇ ਸਾਨੂੰ ਕਮੈਂਟਸ ਵਿੱਚ ਦੱਸੋ ਤੇ ਅਸੀਂ ਉਹਨਾਂ ਤੇ ਰਿਐਕਸ਼ਨ ਦਵਾਂਗੇ ਤੇ ਤੁਸੀਂ ਰੱਖੋ ਆਪਣਾ ਖਿਆਲ ਤੇ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੇ ਸਬਸਕ੍ਰਾਈਬ ਵੀ ਕਰ ਲਓ ਤੇ ਮੈਨੂੰ ਨਹੀਂ ਸਬਸਕ੍ਰਾਈਬ ਕਰ ਚੈਨਲ ਨੂੰ ਤੂੰ ਕਿਹਾ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਵੀ ਬਈ ਕਰ ਲਓ ਤੇ ਰੱਖੋ ਆਪਣਾ ਖਿਆਲ ਖੁਸ਼ ਰਹੋ ਹੱਸਦੇ ਰਹੋ ਵਸਦੇ ਰਹੋ ਤੇ ਰੱਬ ਤੁਹਾਨੂੰ ਰੱਖੇ ਚੜ੍ਹਦੇ ਚੜ੍ਹਦੇ